ਦੱਸ ਦੇ ਕਿ ਵੱਡੀ ਲੁੱਟ ਦੀ ਵਾਰਦਾਤ ਹੋਈ ਆ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਸੁਨਿਆਰ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਲੁਟੇਰੇ ਨਿਹੰਗ ਬਾਣੇ ਦੇ ਵਿੱਚ ਆਏ ਸੀ, ਤਾਂ ਬੰਦੂਕ ਦੀ ਨੋਕ ਤੇ ਇਹਨਾਂ ਦੇ ਵੱਲੋਂ 13 ਤੋਲੇ ਸੋਨੇ ਦੀ ਲੁੱਟ ਕੀਤੀ ਗਈ ਆ। ਤਾਂ ਦਿਨ ਦਿਹਾੜੇ ਇਹਨਾਂ ਦੇ ਵੱਲੋਂ ਗਨ ਪੁਆਇੰਟ ਤੇ ਇੱਕ ਜਿਵੇਲਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਸੋਨੇ ਦੇ ਨਾਲ ਇਹਨਾਂ ਦੇ ਵੱਲੋਂ 5,000 ਰੁਪਏ ਦੀ ਨਕਦੀ ਵੀ ਲੁੱਟ ਲਈ ਗਈ ਆ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਦੀ ਟੀਮ ਪਹੁੰਚਦੀ ਹੈ ਤੇ CCTV ਰਾਹੀਂ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦੇ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਪੀੜਿਤ ਜਵੈਲਰ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਿਹੰਗ ਸਿੰਘ ਬਾਣੇ ਦੇ ਵਿੱਚ 3 ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਲਿਆ ਤੇ ਦੂਸਰੇ ਨੇ ਤੇਜ਼ ਧਾਰ ਦਾਤਰ ਕੱਢਦੇ ਹੋਏ ਗਲੇ ਦੇ ਵਿੱਚ ਪਿਆ 13 ਤੋਲੇ ਸੋਨਾ ਜੋ ਕਿ ਕਰੀਬ 7,50,000 ਰੁਪਏ ਦਾ ਸੀ ਅਤੇ 5,000 ਦੀ ਨਕਦੀ ਲੁੱਟ ਲਈ, ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਤੇ ਹੁਣ ਪੀੜਿਤ ਮਾਲਕ ਇਸ ਦੇ ਲਈ ਇਨਸਾਫ਼ ਦੀ ਗੁਹਾਰ ਲਗਾ ਰਿਹਾ। ਤਾਂ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਤਾਂ ਹੁਣ ਲੁਟੇਰੇ ਨਿਹੰਗ ਸਿੰਘ ਦੇ ਬਾਣਿਆਂ ਦੇ ਵਿੱਚ ਆਉਂਦੇ ਨੇ, ਤਾਂ ਇਹਨਾਂ ਦੇ ਵੱਲੋਂ ਇੱਕ ਸੁਨਿਆਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਕੋਲੋਂ ਇਹਨਾਂ ਦੇ ਵੱਲੋਂ 13 ਤੋਲੇ ਸੋਨੇ ਦੀ ਲੁੱਟ ਕੀਤੀ ਗਈ ਹੈ ਤੇ ਉਸਦੇ ਕੋਲ ਮੌਜੂਦ 5,000 ਰੁਪਏ ਦੀ ਨਕਦੀ ਵੀ ਇਹ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਜਾਂਦੀ ਹੈ, ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਇੱਕ ਕਸਟਮਰ ਆਇਆ ਸੀ ਮੈਂ ਮੁੰਦਰੀ ਲੈਣ ਵਾਸਤੇ, ਦੇਖਣ ਵਾਸਤੇ। ਮੈਂ ਪਹਿਲਾਂ ਉਹਨੂੰ ਜੈਂਟਸ ਮੁੰਦਰੀ ਦਿਖਾਈ ਅਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਅਤੇ ਉਹਨਾਂ ਨੇ ਲੇਡੀਜ਼ ਸਮਾਨ ਵੀ ਲੈਣਾ ਅਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ 'ਚੋਂ ਕੱਢ ਕੇ ਮੁੰਦਰੀ, ਉਹਦੇ 'ਚ ਤਕਰੀਬਨ 7 ਤੋਲੇ ਦੇ ਕਰੀਬ ਹੈਗੀਆਂ ਸੀ ਸਮਾਨ ਮੇਰਾ। ਅਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤਾਂ ਮੈਨੂੰ ਲੇਡੀਜ਼ ਵਾਧੋ ਆ ਜਾਂਦੀ ਆ, ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ 'ਚ 6 ਤੋਲੇ ਸਮਾਨ ਸੀ ਜੀ ਲੇਡੀਜ਼ ਮੁੰਦਰੀਆਂ ਜਿਹੜੀਆਂ, ਅਤੇ ਉਹ ਉਹਨੇ ਵੇਖੀਆਂ 1-2 ਮੁੰਦਰੀਆਂ ਵੇਖੀਆਂ ਅਤੇ ਫਿਰ ਮੈਨੂੰ ਕਹਿੰਦਾ ਵੀ ਗੂਗਲ ਪੇ ਕਰ ਲਓਗੇ, ਮੈਂ ਕੋਈ ਨਹੀਂ ਕਰ ਲਾਂਗੇ। ਉਹਨੇ ਆਪਣੀ ਜੇਬ 'ਚ ਪੈਸੇ ਵੀ ਕਿੰਨੇ ਥੋੜ੍ਹੇ 8-9 ਹਜ਼ਾਰ ਰੁਪਇਆ, ਕਹਿੰਦਾ ਬਾਕੀ ਮੈਂ ਗੂਗਲ ਪੇ ਕਰ ਲਓਗੇ ਮੈਂ ਕਰ ਲਾਂਗਾ। ਵਿੱਕੀ ਆ ਜਾ, ਇਸ ਤੋਂ ਬਾਅਦ ਫਿਰ ਥੋੜ੍ਹੀ ਦੇਰ ਬਾਅਦ ਇੱਕ ਜਣਾ ਹੋਰ ਆਇਆ ਨਿਹੰਗ ਦੇ ਬਾਣੇ 'ਚ ਹੀ, ਉਹਨੇ ਦਾਤਰ ਸਾਈਡ 'ਤੇ ਲਗਾਇਆ ਸੀ, ਉਹ ਆ ਗਿਆ ਹੱਥ ਹੱਥ ਜੋੜ ਕੇ ਇੱਦਾਂ ਖਲੋ ਗਿਆ। ਮੈਂ ਕਿਹਾ ਹਾਂਜੀ ਹੁਕਮ ਕਰੋ ਮਹਾਰਾਜ ਕਿੱਧਰ ਆਏ ਜੀ, ਮੈਂ ਸ਼ਾਇਦ ਸੇਵਾ ਸੁਭਾਅ ਲੈਣ ਵਾਸਤੇ ਕੋਈ ਆਇਆ। ਅਤੇ ਉਹਨੇ ਜਦੋਂ ਉਹਨੇ ਦਾਤਰ ਕੱਢ ਲਿਆ, ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਲ ਕੱਢ ਲਈ, ਅਤੇ ਇੱਕ ਨਾਲ ਫਿਰ ਤੀਸਰਾ ਹੋਰ ਆ ਗਿਆ, ਉਹ ਮੁੰਡਾ ਸੀ, ਉਹ ਸਿਰਫ ਮੁੰਡਾ ਸੀ ਅਤੇ ਮੂੰਹ ਮੈਂ ਬੰਨਿਆ ਹੋਇਆ ਸੀ ਉਹਨੇ, ਜਿਹੜਾ ਪਹਿਲਾਂ ਉਹਨੇ ਮੂੰਹ ਖੋਲਿਆ ਸੀ ਰੁਮਾਲ ਥੱਲੇ ਕੀਤਾ ਸੀ ਉਹਨੇ, ਉਹ ਇੱਕ ਦਿਨ ਪਹਿਲਾਂ ਵੀ ਇੱਕ ਆਇਆ, ਹਫ਼ਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ, ਪਰ ਅੱਜ ਉਹ ਲੁੱਟ ਖੋਹ ਕਰਕੇ ਫਿਰ ਭੱਜ ਗਏ ਜੀ। ਸਮਾਨ ਸੋਨਾ 7 ਤੋਲੇ 1 ਅਤੇ 6 ਤੋਲੇ 1, 13 ਤੋਲੇ ਸੋਨਾ, 130 ਗ੍ਰਾਮ ਸੋਨਾ। ਹਾਂਜੀ ਹਾਂਜੀ, ਨਕਦੇ 4-5 ਹਜ਼ਾਰ ਰੁਪਏ ਗੱਲੇ 'ਚ ਲੈ ਗਏ ਜੀ, ਕੱਢ ਕੇ 2 ਗੁਟਕਾ ਸਾਹਿਬ ਵੀ ਵਿੱਚ ਗੱਲੇ 'ਚ ਪਏ, ਗ੍ਰਾਮ ਸੋਨਾ ਲੈ ਗਏ ਕਰਕੇ ਦੋਸ਼ੀਆਂ ਦੀ ਭਾਲ ਕਰ ਸਰਦਾਰ ਸੀ, ਇੱਕ ਨੇ ਖਾਕੀ ਪੱਗ ਬੰਨੀ ਸੀ, ਚੈੱਕ ਜੈਕਟ ਪਾਈ ਸੀ ਹਾਫ, ਇੱਕ ਨੇ ਦਬਾਲਾ ਬੰਨਿਆ ਅਤੇ ਚਿੱਟਾ ਚੋਲਾ ਪਾਇਆ ਸੀ। ਸੋ ਸਰ ਕੋਈ CCTV ਫੁਟੇਜ ਵੀ ਹੈਗੀ? ਖੰਗਾਲਦੇ ਸੀ CCTV ਫੁਟੇਜ ਵੀ ਆ ਗਈ ਹੈ, ਖੰਗਾਲਦੇ ਬਾਕੀ ਕੈਮਰੇ ਵੀ ਚੈੱਕ ਕਰ ਰਹੇ ਹਾਂ।